ਰਹਿਮਤੁਲਾ ਬਰਕਤ ਵੈਲਕਮ ਕਰਨ ਦਿਆਂ ਤੁਸੀਂ ਆਪਣੇ ਚੈਨਲ 'ਚ ਨਵੀਂ ਸਾਫਰੀ ਵਲੋਗ ਵੀ ਤੁਸੀਂ ਨਵੇਂ ਉਹਦੇ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਔਰ ਸ਼ੇਅਰ ਕਰਨਾ। ਇਹ ਸਾਡਾ ਦਿਹਾਤ ਅਤੇ ਪਿੰਡ ਦਾ ਮਾਹੌਲ ਹੈ ਅਤੇ ਫਸਲ ਬਿਲਕੁਲ ਪੱਕੇ ਖਲੇ ਨੇ, ਤਿਆਰ ਹਨ ਅਤੇ ਉੱਤੋਂ ਬੱਦਲ ਹੀ ਬਣੇ ਬਣ ਦੇ ਖਲੇ ਨੇ, ਵੇਖੋ ਜੀ ਬਦਲ ਹੀ ਬਦਲ ਹੈ। ਅਤੇ ਦੁਆ ਕਰੋ, ਅੱਜ ਅਸੀਂ ਕਣਕ ਗਾਉਣ ਲੱਗਿਆ, ਦੁਆ ਕਰੋ ਅੱਲਾਹ ਖੈਰ ਵਫੀਅਤ ਨਾਲ ਇੱਕ ਕਣਕ ਦਾ ਗਹਿ ਵਜੇ ਸਾਹਮਣੇ। ਇਹ ਕਣਕ ਖਲੀ ਪਹਿਲੇ ਕੱਪੜਾ ਕੱਪ ਕੇ ਵਾ ਅਤੇ ਗੱਡੇ ਬਣਾਉਣੇ ਬਣ ਕੇ ਅਤੇ ਵਾ ਥਰੈਸ਼ਰ ਲਾਉਣੀ। ਤੁਹਾਨੂੰ ਆਦ ਦੇ ਮਾਹੌਲ ਦੀ ਤੁਹਾਨੂੰ ਹਰ ਚੀਜ਼ ਵਿਕਸਾਈ ਹੈ ਬਈ, ਪਿੰਡ ਦਾ ਦੇਸੀ ਮਾਹੌਲ ਵਿੱਚ ਕਿਵੇਂ ਕਣਕ ਕੱਪੀਂਦੀ ਕੱਪ ਕੇ, ਇਹ ਖਲੀ ਇਸ ਤੋਂ ਬਾਅਦ ਕੱਪੜੀ ਕੱਪ ਕੇ ਅਤੇ ਵੱਤ ਇਸਨੂੰ ਗੱਡੇ ਇਕੱਠੇ ਕਰੇ ਇਕੱਠੇ ਕਰਕੇ ਅਤੇ ਵੱਤ ਸਾਂ ਥਰੈਸ਼ਰ ਲਾਉਣੀ। ਠੀਕ ਹੈ, ਥਰੈਸ਼ਰ ਲਾ ਕੇ ਵੱਤ ਪੂੰਛੋਂ ਇਕੱਠਾ ਕਰਨਾ ਹੈ, ਵੱਤ ਦਾਣੇ ਇਕੱਠੇ ਕਰਨੇ ਨੇ। ਇਹੋ ਮਹੀਨਾ ਆਉਂਦਾ ਹੈ ਵਿਸਾਖ ਵਾਲਾ ਜੱਟਾਂ ਦਾ, ਖਾਸ ਤੌਰ 'ਤੇ ਆਪਣਾ ਮਿਹਨਤ ਕਰਨ ਦਾ। ਅਤੇ ਹੁਣ ਅਸੀਂ ਤਿਆਰੀ ਕਰਦੇ ਪਏ ਹਾਂ ਅਤੇ ਇਨਸ਼ਾਅੱਲਾ ਵਿਗਤ ਤੁਹਾਨੂੰ ਵਿਖਾਉਂਦੇ ਹਾਂ ਜਿਹੜਾ ਸਾਡਾ ਵੱਡਿਆ ਪਿਆ ਉਹਦੇ ਵਿੱਚ ਥਰੈਸ਼ਰ ਲਾਉਣੀ। ਥਰੈਸ਼ਰ ਹੀ ਆਉਂਦੀ ਪਈ, ਥਰੈਸ਼ਰ ਲਾ ਕੇ ਅਤੇ ਅਸਾਂ ਅੱਜ ਮੌਸਮ ਖਰਾਬ ਹੈ, ਗਾਹ ਲੈਣੀ, ਗਾਹ ਕੇ ਵੱਤ ਅਸਾਂ ਆਪਣਾ ਪੂੰ ਛੂੰ ਦਾਣਾ ਢੋਣਾ। ਦੁਆ ਕਰੋ ਖੈਰ ਅਫੀਅਤ ਨਾਲ ਹੋ ਵਜੇ, ਹਰ ਕਿਸੇ ਦਾ ਫਸਲ ਚਵੀ ਵਜੇ, ਕਿਸਾਨਾਂ ਦੇ ਸਾਲ ਦੀ ਮਿਹਨਤ ਹੁੰਦੀ, ਅੱਲਾਹ ਖੈਰ ਕਰੇਗਾ। ਥਰੈਸ਼ਰ ਟਰੈਕਟਰ ਆ ਗਿਆ, ਚੌਣਾ ਫਿਰ ਲਾਊਗਾ, ਲਾ ਕੇ ਤਾਂ ਬਸ ਅੱਲਾਹ ਖੈਰ ਕਰੇ ਸੀ। ਗਾ 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 ਗੱਡੇ ਚ ਆਈਦੇ ਹਾਂ, ਇਹ ਗੱਡੇ 'ਚ ਆ ਕੇ ਅਤੇ ਥਰੈਸ਼ਰ ਸੁੱਟਣੇ ਸੀ, ਬਸ ਹੁਣ ਚਲਾਉਣ ਲੱਗਿਆ ਥਰੈਸ਼ਰ, ਇਹ ਜਾ ਹਵੇਲੀ ਕਰ ਲਈ ਸੀ। 37 ਗੱਡੇ ਹਨ ਟੋਟਲ। ਦੁਆ ਖੈਰ ਦਿਓ, ਦੁਆ ਖੈਰ ਦਿਓ, ਜਾਂ ਮੇਰਾ ਅੱਲਾ ਢੇਰ ਕਰੇ, ਕੋਈ 8-10 ਬੋਰੀ ਹੋ ਵਜੇ। 37 ਗੱਡੇ ਹਨ, ਅੱਲਾ ਖੈਰ ਕਰੇ ਸੀ, ਆਮੀਨ। ਚਲੋ ਜੀ ਬਿਸਮਿਲ੍ਲਾ ਪੜ੍ਹੋ, ਸਟਾਰਟ ਕਰੋ। ਬਸੂ ਸਾਹਿਬ ਤੁਸੀਂ ਗਾਲ ਤਲਾਕ ਵਜੋ। ਬਿਸਮਿਲ੍ਲਾ ਰਹਿਮਾਨ ਰਹੀਮ। ਚੱਲ ਗਈ ਹੈ ਜੀ, ਅੱਲਾ ਰਸੂਲ ਦਾ ਨਾਮ ਲਾ ਕੇ ਬਿਸਮਿਲ੍ਲਾ ਰਹਿਮਾਨ ਰਹੀਮ। ਯਾ ਮੇਰਾ ਅੱਲਾ ਖੈਰ, ਪੂਰਾ ਆਸਰਾ ਜੀ। ਗਈ ਜੀ, ਅਸੀਂ ਥਰੈਸ਼ਰ ਫਿਲਹਾਲ ਬੰਦ ਕਰ ਦਿੱਤੀ ਹੈ, ਤਰਾ ਗੱਟੂ ਸਾਡੇ ਮੁੰਨੇ ਮੁੰਨੇ ਹੋ ਗਏ ਅਤੇ ਇਹ ਵੇਖੋ ਹਨੇਰ ਜਿਹੜਾ ਨਾ ਤੂਫਾਨ ਵੱਧ ਗਿਆ, ਅੱਲਾ ਖੈਰ ਕਰੇ ਸੀ। ਅਸੀਂ ਫਿਲਹਾਲ ਥਰੈਸ਼ਰ ਬੰਦ ਕਰ ਦਿੱਤੀ ਹੈ, ਰੋਕ ਦਿੱਤੀ ਹੈ, ਕੰਮ ਸਟਾਪ ਕਰ ਦਿੱਤਾ। ਦੁਆ ਕਰੋ ਹਵਾ ਰੁਕ ਵਜੇ, ਇਹ ਵੇਖੋ ਸਾਡੇ ਟਾਟ ਹੀ ਉੱਡਦੇ ਪਏ, ਹਰ ਸ਼ਾਇ ਉੱਡਦੀ ਪਈ ਹੈ, ਅੱਲਾ ਖੈਰ ਕਰੇ ਸੀ। ਇਹ ਕਿਸਾਨਾਂ ਦੀ ਸਾਲ ਦੀ ਚੂਰੀ ਹੈ ਅਤੇ ਬੱਦਲ ਹੀ ਬੜਾ ਬੜਾ, ਉਸ ਤੋਂ ਬਾਅਦ ਹਨੇਰ ਖੁੱਲ ਗਿਆ, ਬੱਦਲ ਤੋਂ ਮਿਹਨਤ ਪੜੀ ਹੋਇਆ ਸੀ, ਲੇਕਿਨ ਇਹ ਬਹੁਤ ਸਾਰਾ ਬਰਬਾਦ ਹੋਣਾ ਪਿਆ, ਸਾਡਾ ਬਹੁਤ ਸਾਰਾ ਖਰਾਬ ਹੋਣਾ ਪਿਆ, ਗੱਡੀ ਸਾਡੇ ਸਾਲ ਹੈ ਸੀ,
ਮੂੰਹ ਸਾਰਾ ਉੱਡਦਾ ਪਿਆ। ਬਾਤ ਕਿਆ ਬਣੇ ਰਹੇ ਕਿਤਨੀਆਂ ਬੋਰੀਆਂ ਬਣਦੇ? ਸੱਤ ਬੋਰੀਆਂ, ਮੇਰੀਆਂ ਪੰਜ ਬੋਰੀਆਂ ਨੇ, ਦੋ ਕਨਾਲੀਆਂ 'ਚ ਮਾਸ਼ਾਅੱਲਾ ਤਰਾ ਗੱਟੂ ਬਰੀਕ ਆ ਜੀ, ਮੇਰੇ ਪੰਜ ਬੋਰੀਆਂ ਮੇਰੇ ਕਾਗਜ਼ਾਂ 'ਚ ਨੇ। ਹਾਂ ਥਰਾ ਸ਼ਰਾਲ ਤੋਂ ਪੁੱਛਦੇ ਕਿਤਨੀਆਂ ਸਨ ਜੀ? ਅੱਲਾ ਖੈਰ ਕਰੇ, ਅਸੀਂ ਡੇਢ ਹੋਰ ਸੀ, ਹਵਾ ਥੋੜੀ ਰੁਕ ਬਣ ਜਾ ਨਾ, ਅੱਲਾ ਖੈਰ ਕਰੇ। ਚਾਰ ਬੋਰੀਆਂ ਸਾਡੀਆਂ ਦਾਣਾ ਦੀਆਂ ਬੋਰੀ ਵਿੱਚ ਰਹਿ ਗਈ। ਆਹ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ, ਇੱਕ ਦੋ ਤਰੇ ਤੇ ਇਹ ਇੱਕ ਤੇ ਚਾਰ, ਦੋ ਕਣਾਂ ਦੀ ਚਾਰ ਬੋਰੀ ਹੋਈਆਂ ਮਾਸ਼ਾਅੱਲਾ ਮਾਸ਼ਾਅੱਲਾ। ਇਹ ਬੂਆ ਸਾਡਾ ਮਾਸ਼ਾਅੱਲਾ ਕਣਾ ਦੇਰ ਹੋ ਗਈ ਹੈ, ਚਾਰ ਬੋਰੀਆਂ ਦੋ ਕਨਾਲੀ ਚ ਹੋਈਆਂ, ਸੈਂਤੀ ਗੱਡੇ ਚਾਰ ਬੋਰੀਆਂ ਡੱਕ ਵੀ ਆ। ਆਪਣੀ ਕਣਕ ਲੱਦ ਕੇ ਹੁਣ ਅੱਗੇ ਵੈਂਦੇ ਹਾਂ ਘਰ, ਅਤੇ ਖੈਰ ਖਰੀਅਤ ਨਾਲ ਸਾਡਾ ਪ੍ਰੈਸ਼ਰ ਲੱਗ ਗਈ, ਨਵੀਂ ਜਾਂ ਚਾਈ ਖੜੀ ਹਰੇ ਹਰੀ ਵੇਖੋ ਗੱਡੇ ਚਾਹੀਦੇ ਵੀ ਲੋਕ ਚੰਗਾ ਲੱਗੇ ਤਾਂ ਵੀਡੀਓ ਲਾਈਕ ਕਰਨੀ, ਸ਼ੇਅਰ ਕਰਨੀ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਅੱਲਾ ਮਿਹਰਬਾਨ।